ਮੰਗਾ ਸਿੰਘ ਅੰਨਟਾਲ ਦੀ ਪੁਸਤਕ ਸ਼ਰਾਰਤੀ ਤਤ ਭਾਗ 2 ਦਾ ਅਗਲਾ ਵਿਸ਼ਾ ਹੈ ਫੇਰ ਫਸ ਗਿਆ ਮੈਂ ਡਿਊਟੀ ਤੇ ਸੀ ਕਰੀਬ 12 ਵਜੇ ਤੱਕ ਸਭ ਠੀਕ ਸੀ ਠੀਕ ਕੀ ਬਹੁਤ ਵਧੀਆ ਸੀ ਉਸ ਦਿਨ ਮੇਰਾ ਇੱਕ ਵਿਦਿਆਰਥੀ ਨਵੋਦੀਆ ਸਕੂਲ ਚੋਂ ਆਇਆ ਸੀ ਮੈਨੂੰ ਮਿਲਣ ਮੈਨੂੰ ਤਾਂ ਸਰ ਥੋੜੇ ਕਰਕੇ ਹੀ ਦਾਖਲਾ ਮਿਲਿਆ ਉਹ ਮੈਨੂੰ ਹਰ ਵਾਰ ਮਿਲਣ ਆਉਂਦਾ ਬਹੁਤ ਪਿਆਰਾ ਬੱਚਾ ਹੈ ਅਧਿਆਪਕ ਦਿਵਸ ਨੂੰ ਵੀ ਉਹ ਬਹੁਤ ਉਹਦਾ ਫੋਨ ਆਉਂਦਾ ਹੀ ਆਉਂਦਾ ਹੈ ਸਟੇਟ ਅਵਾਰਡ ਵਾਲੀ ਫੀਲਿੰਗ ਵੀ ਲਈ ਕਿ ਜੇ ਮੈਂ ਅਪਲਾਈ ਕਰਾਂ ਤਾਂ ਵੱਟਦੇ ਪਿਆ ਤੇ ਜਦੋਂ ਸਾਰੇ ਸਕੂਲਾਂ ਚ ਬੱਚਿਆਂ ਦੀ ਗਿਣਤੀ ਘਟੀ ਹੈ ਤੇ ਮੇਰੇ ਸਕੂਲ ਤੇ ਰਿਕਾਰਡ ਵਾਧਾ ਹੋਇਆ ਸੀ 65 ਬੱਚਿਆਂ ਤੋਂ 470 ਬੱਚੇ ਕਰ ਲਈ ਸੀ ਅਸੀਂ ਕਿੰਨੇ ਹੀ ਬੰਦਿਆਂ ਨੇ ਕਿਹਾ ਸੀ ਕਿ ਜੇ ਤੂੰ ਫਾਈਲ ਜਮਾ ਕਰਵਾ ਦੇਵੇਂ ਤਾਂ ਗਰੰਟੀ ਹੈ ਸਟੇਟ ਅਵਾਰਡ ਮਿਲੂਗਾ ਹੀ ਮਿਲੂਗਾ ਬਹੁਤ ਵਧੀਆ ਲੱਗ ਰਿਹਾ ਸੀ ਬਸ ਫਿਰ ਫੋਨ ਦੀ ਘੰਟੀ ਵੱਜੀ ਸਕਰੀਨ ਤੇ ਲਿਖਿਆ ਸੀ ਕੜਕੁੱਲੋ ਕਮਿੰਗ ਕਾਲ ਮੇਰੇ ਹਾਲ ਪੈ ਗਿਆ ਕਾਇਮ ਜੇ ਹੁਕਮ ਫੋਨ ਅਟੈਂਡ ਕੀਤਾ ਜਦੋਂ ਵੀ ਮੈਨੂੰ ਘਰੋਂ ਕਾਲ ਆਉਂਦੀ ਤੇ ਮੈਂ ਡਰ ਜਾਂਦਾ ਵੈਸੀ ਵੀ ਇਹ ਹੋਣਾ ਹੋਣਾ ਹੀ ਹੁੰਦਾ ਜਦੋਂ ਮੇਰੀ ਚੜ੍ਹਾਈ ਹੋਈ ਹੋਵੇ ਤਾਂ ਉਤਰਾਈ ਨਾਲ ਦੀ ਨਾਲ ਹੋ ਜਾਂਦੀ ਹੈ ਉਹੀ ਹੋਈ ਹੁਣੇ ਘਰ ਆ ਜਾ ਮੈਨੂੰ ਨਹੀਂ ਪਤਾ ਬਸ ਹੁਣੇ ਜਿੰਨਾ ਵੀ ਜ਼ਰੂਰੀ ਜਿਹੜਾ ਵੀ ਮਰਜ਼ੀ ਕੰਮ ਹੈ ਨੌਕਰੀ ਜਾਂਦੀ ਹੈ ਜਾਣਦੇ ਅਮਰਤ ਰੋਪੀ ਬੋਲਦੀ ਬੋਲਦੀ ਮੈਂ ਬਹੁਤ ਮਿੰਤਾ ਕੀਤੀ ਹੈ ਕਿ ਯਾਰ ਦੱਸ ਦੇ ਕੀ ਹੋਇਆ ਪਰੁਣੇ ਇੱਕ ਨਾ ਸੁਣੀ ਹੋ ਕੇ ਲੈਂਦੀ ਨੇ ਫੋਨ ਕੱਟਦਾ ਮੈਂ ਕਿੰਨੀ ਵਾਰ ਕੋਸ਼ਿਸ਼ ਕੀਤੀ ਕਿ ਗੱਲ ਹੋ ਜੇ ਪਰ ਟਸ ਤੋਂ ਮਸ ਨ ਹੋਈ ਪਤਾ ਤਾਂ ਮੈਨੂੰ ਲੱਗਿਆ ਸੀ ਮੈਂ ਫਸ ਗਿਆ ਉਹਨੂੰ ਕੁਝ ਲੱਭ ਗਿਆ ਫਿਰ ਵੀ ਇੱਕ ਆਸ ਜਿਹੀ ਸੀ ਕਿ ਪਤਾ ਮੇਰਾ ਵਹਿਮ ਹੀ ਹੋਵੇ ਐਵੇਂ ਹੀ ਹੁੰਦਾ ਸੀ ਜਿੱਦਣ ਉਹਨੂੰ ਛੁੱਟੀ ਹੁੰਦੀ ਉਹਦੋਂ ਮੇਰੀ ਜਾਨ ਮੁੱਠੇ ਚ ਆ ਹੀ ਰਹਿੰਦੀ ਉਹ ਤਲਾਸ਼ੀਆਂ ਲੈਂਦੀ ਕੁਝ ਨਾ ਕੁਝ ਲੱਭ ਲੈਂਦੀ ਪਹਿਲਾਂ ਵੀ ਕਾਮਯਾਬ ਹੋ ਚੁੱਕੀ ਸੀ ਸਮਾਨ ਨੂੰ ਲੱਭਣ ਚ ਜਦੋਂ ਘਰ ਪਹੁੰਚਿਆ ਉਨੇ ਲਫਾਫਾ ਮੂਰੇ ਰੱਖਦਾ ਮੇਰੇ ਕੋਲ ਕੋਈ ਚਾਰਾ ਨਹੀਂ ਸੀ ਬਚਿਆ ਮੈਂ ਮੁੱਕਰ ਜਾਵਾਂ ਮੰਨ ਗਿਆ ਕਿ ਲਫਾਫਾ ਮੇਰਾ ਹੀ ਹੈ ਬੀਬੀ ਵੀ ਕੋਲ ਆ ਗਈ ਅਮਰਤ ਆਪ ਤਾਂ ਬਚਾ ਕਰਦੀ ਪਰ ਬੀਬੀ ਬੜਕ ਰੱਖਦੀ ਆ ਨਿਭਾਨੇ ਸੁਣ ਲੈਂਦੀ ਹੁਣ ਔਖਾ ਹੋ ਗਿਆ ਸੀ ਸਾਰੇ ਬਹਾਨੇ ਪਹਿਲਾਂ ਹੀ ਖਤਮ ਕਰ ਚੁੱਕਿਆ ਸੀ ਬਹੁਤ ਵਾਰੀ ਕੋਸ਼ਿਸ਼ ਵੀ ਕਰ ਲਈ ਸੀ ਨਸ਼ੇ ਤੋਂ ਛੁਟਕਾਰਾ ਪਾਉਣ ਦੀ ਕਈ ਵਾਰ ਫੀਮ ਦੀਆਂ ਗੋਲੀਆਂ ਬਣਾਈਆਂ ਪਹਿਲਾਂ ਸਭ ਤੋਂ ਵੱਡੀਆਂ ਜਿੰਨੀ ਮੇਰੀ ਖੁਰਾਕ ਸੀ ਫਿਰ ਅਗਲੇ ਹਫ਼ਤੇ ਲਈ ਉਸ ਤੋਂ ਛੋਟੀਆਂ ਫਿਰ ਅਗਲੇ ਹਫ਼ਤੇ ਲਈ ਉਸ ਤੋਂ ਛੋਟੀਆਂ ਬਣਾ ਬਣਾ ਕੇ ਖਾਧੀਆਂ ਪਰ ਪਤਨਾਲਾ ਉੱਥੇ ਦਾ ਉੱਥੇ ਹੀ ਰਿਹਾ ਅਸਲ 'ਚ ਸਰੀਰ ਤੋਂ ਤਾਂ ਛੱਡ ਦਿੰਦਾ ਸੀ ਦਿਮਾਗ ਤੋਂ ਨਹੀਂ ਸੀ ਛੱਡਦਾ ਕੋਈ ਰਸਤਾ ਨਹੀਂ ਸੀ ਮਿਲਦਾ ਜਿਹੜਾ ਸਹੀ ਹੋਵੇ ਛੱਡ ਦਿੰਦਾ ਸੀ ਪਰ ਛੱਡ ਕੇ ਰੱਖ ਨਹੀਂ ਸੀ ਹੁੰਦਾ ਫੇਰ ਲੱਗ ਜਾਂਦਾ ਸੀ ਲਫਾਫਾ ਮੇਰੇ ਮੂਰੇ ਪਿਆ ਸੀ ਉਹਦੇ ਮੋਟੀਆਂ-ਮੋਟੀਆਂ ਅੱਖਾਂ 'ਚੋਂ ਮੋਤੀਆਂ ਜਿੱਡੇ-ਜਿੱਡੇ ਹੰਝੂ ਉਹ ਹਰ ਵਾਰ ਆਖਦੀ ਤੂੰ ਝੂਠ ਬੋਲਦਾ ਹੈਂ ਤੂੰ ਮੈਨੂੰ ਪਿਆਰ ਨਹੀਂ ਕਰਦਾ ਬੰਦਾ ਕੀ ਨਹੀਂ ਕਰ ਸਕਦਾ ਮੈਂ ਨਹੀਂ ਮੰਨਦੀ ਪਰਿਵਾਰ ਤੋਂ ਉੱਪਰ ਕੋਈ ਚੀਜ਼ ਹੈ ਪਰ ਮੈਂ ਉਹਨੂੰ ਕੀ ਦੱਸਦਾ ਮੇਰੇ ਲਈ ਅਮਲ ਪਹਿਲਾਂ ਬਾਕੀ ਪਿਆਰ ਪਰਿਵਾਰ ਸਭ ਬਾਅਦ ਚੁੱਪਚਾਪ ਪਰ ਸੋਚਦਾ ਰਿਹਾ ਸੋਚਦਾ ਰਿਹਾ ਕਿਵੇਂ ਛੱਡਾਂ ਛੱਡਾਂ ਵੀ ਕਿਨਾ ਉਹ ਬਹੁਤ ਤੰਗ ਸੀ ਮੈਥੋਂ ਸੌਖਾ ਮੈਂ ਵੀ ਨਹੀਂ ਸੀ ਬਹੁਤ ਜ਼ਿਆਦਾ ਕਰੀਬ 17 ਸਾਲ ਤੋਂ ਗੁਲਾਮ ਸੀ ਫੋਕੀ ਮਰਦਾਨਗੀ ਨੇ ਡਰਾਇਆ ਹੋਇਆ ਸੀ ਅਸਲ ਚ ਤਾਂ ਮੇਰਾ ਇਹ ਭਰਮ ਸੀ ਵੀ ਮਰਦਾਨਗੀ ਖਤਮ ਹੋ ਜੂ ਇਹੋ ਵਹਿਮ ਮੈਨੂੰ ਨਸ਼ਾ ਨਾ ਛੱਡਣ ਦਿੰਦਾ ਮੈਨੂੰ ਕਿ ਸਾਰੇ ਅਮਲਿਆਂ ਨੂੰ ਹੀ ਇਹ ਡਰ ਵੱਡ ਵੱਡ ਖਾਂਦਾ ਬਸ ਇੱਕ ਰਸਤਾ ਬਚਿਆ ਸੀ ਨਸ਼ਾ ਛਡਾਊ ਕੇਂਦਰ ਜਾਵਾਂ ਇਲਾਜ ਲਵਾਂ ਤੇ ਮੁੜ ਕੇ ਹੱਥ ਨਾਲ ਮੈਨੂੰ ਕਾਲਜ ਸਮੇਂ ਦਾ ਦੋਸਤ ਸੰਦੀਪ ਬਡਬਰ ਮਿਲਦਾ ਰਹਿੰਦਾ ਸੀ ਮੋਹਾਲੀ ਗਏ ਨੂੰ ਹੁਣ ਉਹ ਹੌਲਦਾਰ ਹੈ ਉਹਨੇ ਮਿਲਣਾ ਤਾਂ ਮੈਂ ਪੁੱਛਣਾ ਸੰਦੀਪ ਹੁਣ ਕਿਵੇਂ ਆ ਬੜੀ ਸਿਹਤ ਬਣਾਈ ਹੈ ਉਹਨੇ ਪੂਰਾ ਖੁਸ਼ ਹੋ ਕੇ ਕਹਿਣਾ ਇੰਨੇ ਸਾਲ ਇੰਨੇ ਮਹੀਨੇ ਤੋਂ ਕਲੀਨ ਆ ਪ੍ਰਮਾਤਮਾ ਦੀ ਕਿਰਪਾ ਯਾਰ ਮੀਟਿੰਗਾਂ ਲਗਾਉਣਾ ਇੰਨੇ ਦੀਆਂ ਦਿਮਾਗ ਸੈੱਟ ਰਹਿੰਦਾ ਕੋਈ ਇੱਕ ਪ੍ਰਾਰਥਨਾ ਵੀ ਬੋਲ ਕੇ ਦੱਸਦਾ ਤੇ ਇਹ ਵੀ ਕਹਿੰਦਾ ਕਿ ਇਹ ਐਨ ਏ ਪ੍ਰੋਗਰਾਮ ਦੀ ਮਿਹਰਬਾਨੀ ਹੈ ਵੀ ਗੋਡ ਗ੍ਰੇਸ ਹੋਈ ਆ ਮੇਰੇ ਤੇ ਤੇ ਜਿੱਥੇ ਗੋਡ ਦੀ ਗੱਲ ਆਉਂਦੀ ਉੱਥੇ ਮੈਨੂੰ ਅਲਰਜੀ ਹੁੰਦੀ ਤਰਕਸ਼ੀਲਤਾ ਮੈਨੂੰ ਰੋਕਦੀ ਮਨ ਚਾਹਦਾ ਲੈ ਸੌਲੇ ਅੰਧਵਿਸ਼ਵਾਸੀ ਅਮਨ ਭਲ ਮਾਜਰੇ ਨੇ ਵੀ ਤਾਂ ਕਹੀ ਸੀ ਉਹਦੋਂ ਇਸ ਤਰ੍ਹਾਂ ਦੀ ਗੱਲ ਅਮਨ ਵੀ ਕਿਸੇ ਸਮੇਂ ਪੀਰ ਜੈਨੀਏ ਗਰੁੱਪ ਦਾ ਮੈਂਬਰ ਹੁੰਦਾ ਸੀ ਪੂਰਾ ਸਿਰੇ ਦਾ ਬਦਮਾਸ਼ ਤੇ ਸਮੈਕੀਆ ਪਰ ਹੁਣ ਉਹ ਜਮਾਂ ਬਦਲ ਗਿਆ ਸੀ ਨਸ਼ਾ ਛਡਾਊ ਕੇਂਦਰ ਵੀ ਚਲਾ ਰਿਹਾ ਸੀ ਦਾੜੀ ਕੇਸ ਵੀ ਰੱਖ ਲਏ ਸੀ ਤੇ ਜਦੋਂ ਨਸ਼ਾ ਛਡਾਊ ਸੈਂਟਰ ਦੀ ਗੱਲ ਅਮਰਿਤ ਕੁਲ ਕਰੀ ਤਾਂ ਉਹਨੇ ਸਿਰਫ ਮਨਾ ਹੀ ਨਾ ਕੀਤਾ ਸਗੋਂ ਭੱਜ ਕੇ ਪੈ ਗਿਆ ਉਹਨੂੰ ਇਹ ਸੀ ਕਿ ਮੈਂ ਦੁਬਾਰਾ ਟੀਕੇ ਵਗੈਰਾ ਨਾ ਲਾਉਣ ਲੱਗ ਜਾਂ ਦਰਅਸਲ ਅਮਲੀਆਂ ਨੇ ਝੂਠ ਬੋਲ ਬੋਲ ਸੈਂਟਰ ਬਦਨਾਮ ਕੀ ਬਹੁਤ ਵਧ ਨਾਮ ਕੀਤੇ ਹੁੰਦੇ ਨੇ ਮੈਂ ਵੀ ਕਾਉਂਸਲਿੰਗ ਕਰਦਾ ਰਹਿੰਦਾ ਸੀ ਅਮ੍ਰਿਤੋ ਰਾਂਦੀ ਕਿ ਸੈਂਟਰਾਂ ਵਾਲੇ ਤਾਂ ਨਸ਼ਾ ਵੇਚਦੇ ਨੇ ਪੇਸ਼ੈਂਟ ਨਾਲ ਸੈਟਿੰਗ ਕਰਕੇ ਪੈਸੇ ਠੱਗਦੇ ਨੇ ਘਰਦਿਆਂ ਤੋਂ ਐਵੇਂ ਝੂਠੀ-ਮੁੱਠੀ ਕਹਾਣੀ ਬਣਾ ਲੈਂਦਾ ਸੀ ਅਖੇ ਸੈਂਟਰ ਵਾਲਾ ਸੈਂਟਰ ਵਾਲਿਆਂ ਨੇ ਜ਼ਮੀਨ ਹੜੱਪ ਲਈ ਕੁਮੁੰਡੇ ਦੀ ਹੁਣ ਕੇਸ ਚੱਲਦਾ ਚਲਪੋਰਾ ਸਭ ਚੱਲ ਮੱਥਾ ਟੇਕ ਤੇ ਕਾਇਮ ਹੋ ਘਰ ਬੈਠ ਕੇ ਹੀ ਛੱਡ ਸੈਂਟਰਾਂ ਤੋਂ ਮੈਨੂੰ ਡਰ ਲੱਗਦਾ ਮੈਂ ਲੱਤਾਂ ਘੁੱਟੂ ਮਾਲਿਸ਼ ਕਰੂੰ ਲੜਦੀ ਨਹੀਂ ਪੋਰਾ ਵੀ ਪਰ ਯਾਰ ਕੱਢ ਦੇ ਕੋੜ ਨੂੰ ਰੋਂਦੀ ਹੋਈ ਉਹ ਖੁਸ਼ੂ ਵਾਲ ਮੂੰਹ ਕਰਕੇ ਕਹਿੰਦੀ ਕੱਲ ਨੂੰ ਕੁੜੀ ਤੇ ਰੋਵ ਨਹੀਂ ਰਹਿਣਾ ਤੇਰਾ ਪਤਾ ਇਹਨੂੰ ਲੱਗ ਹੀ ਜਾਣਾ ਉਹ ਜਮਾ ਹਾਰੀ ਪਈ ਸੀ ਇੰਨੀ ਬੇਵੱਸ ਉਹ ਕਦੇ ਨਹੀਂ ਸੀ ਦੇਖੀ ਬੇਵਸੀ ਮੇਰੀ ਵੀ ਸੀ ਮੈਂ ਵੀ ਕੁਸ਼ਤੀ ਕਰ ਰਿਆ ਸੀ ਆਪਣੇ ਦਿਮਾਗ ਨਾਲ ਕਿ ਕੀ ਕਰਾਂ ਛੱਡਦਾ ਨਸ਼ਾ ਕਿ ਨਾ ਛੱਡਾਂ ਛੱਡ ਵੀ ਹੋ ਜੂ ਅਸੀਂ ਭੋਰਾ ਸਭ ਮੱਥਾ ਟੇਕ ਕੇ ਵਾਪਸ ਆ ਗਏ ਮੈਂ ਸ਼ਰਧਾਲੂ ਕਿਸਮ ਦਾ ਬਿਲਕੁਲ ਵੀ ਨਹੀਂ ਸੀ ਫਰੋਦਨ ਇਹ ਸੀ ਕਿ ਹਿੰਮਤ ਮਿਲੇ ਕਿਤੋਂ ਮਿਲੇ ਤੇ ਛੋਟੇ ਸਹਿਬਜ਼ਾਦਿਆਂ ਤੋਂ ਵੱਡਾ ਕੌਣ ਹੋ ਸਕਦਾ ਸੀ ਜਿੱਥੋਂ ਸਦਕ ਮਿਲਦਾ ਖੁਸ਼ੂ ਦੇ ਸਿਰ ਤੇ ਹੱਥ ਰੱਖ ਵੀ ਸੌਂਹ ਖਾਦੀ ਵੀ ਹੁਣ ਕਦੇ ਵੀ ਨਸ਼ਾ ਨਹੀਂ ਕਰਾਂਗਾ ਤੇ ਜਿਹੜਾ ਸਮਾਨ ਹੋਰ ਜਗ੍ਹਾ ਲੁਕੋਇਆ ਸੀ ਉਹ ਵੀ ਫੜਾਤਾ ਅਮਰਤ ਨੂੰ ਕਿ ਤੂੰ ਆਪਣੇ ਹੱਥੀਂ ਛੁੱਟ ਦੇ ਉਹਨੇ ਬਿੰਦ ਨਾ ਲਾਈ ਸਾਰੀ ਫੀਮ ਸੁੱਟ ਤੇ ਉੱਤੋਂ ਪਾਣੀ ਛੱੜਤਾ ਫਲਸ਼ ਕਰਤੀ 16 ਅਪ੍ਰੈਲ 2016 ਦੀ ਉਹ ਰਾਤ ਬਿਨਾਂ ਨਸ਼ੇ ਤੋਂ ਪਹਿਲੀ ਰਾਤ ਸੀ ਜਿਹੜੀ ਆਰਾਮ ਨਾਲ ਲੰਗੀ ਸੀ ਦੂਜਾ ਦਿਨ ਅਮਰਤ ਨੇ ਛੁੱਟੀ ਲੈ ਕੇ ਕਢਾਤਾ ਸੀ ਔਖਾ ਸੌਖਾ ਸਰੀਰ ਪੂਰਾ ਟੁੱਟ ਗਿਆ ਸੀ ਪਰ ਹਿੰਮਤ ਹੈਗੀ ਸੀ ਕੁਛ ਮੈਂ ਸੰਦੀਪ ਬੜਬਰ ਨੂੰ ਫੋਨ ਨਾਲਿਆ ਉਹਨੇ ਆਪਣਾ ਤਜਰਬਾ ਦੱਸਿਆ ਕਹਿੰਦਾ ਮੈਨੂੰ ਤੇਰੇ ਤੋਂ ਵੀ ਜ਼ਿਆਦਾ ਤੋੜ ਲੱਗੀ ਸੀ ਤੂੰ ਤਾਂ ਬਹੁਤ ਹਿੰਮਤੀ ਹੈ ਹਿੰਮਤ ਨਾ ਹਾਰੀ ਜ਼ਿਆਦਾ ਤੋਂ ਜ਼ਿਆਦਾ 72 ਘੰਟੇ ਦੀ ਤੋੜ ਆ ਬਸ ਜੇ ਹੁਣ ਗੋਡ ਗ੍ਰੇਸ ਹੋਈ ਆ ਤਾਂ ਡਟਿਆ ਰਹਿ ਉਹਦੀ ਸਾਰੀ ਗੱਲਬਾਤ ਚ ਗੋਡ ਗ੍ਰੇਸ ਵਾਲੀ ਗੱਲ ਨਹੀਂ ਸੀ ਵਧੀਆ ਲੱਗੀ। ਹੁੰਜ ਹੌਸਲਾ ਬਹੁਤ ਮਿਲਿਆ। ਮੈਂ ਉਹਨੂੰ ਜਾਣਦਾ ਸੀ ਉਹ ਕਿੰਨਾ ਜ਼ਿਆਦਾ ਨਸ਼ਾ ਕਰਿਆ ਕਰਦਾ ਸੀ। ਮੈਂ ਤਾਂ ਇਹਨੂੰ ਸ਼ੁਰੂ ਕਰਵਾਇਆ ਸੀ। ਮੈਨੂੰ ਲੱਗਿਆ ਵੀ ਜਦੋਂ ਇਹ ਠੀਕ ਹੋ ਸਕਦਾ ਹੈ ਤਾਂ ਮੈਂ ਕਿਉਂ ਨਹੀਂ? ਮੈਨੂੰ ਯਾਦ ਹੈ ਇੱਕ ਵਾਰੀ ਟੱਲੀ ਹੋਇਆ ਇਹ ਆਪਣੀ ਕਾਰ ਹੀ ਭੁੱਲਾਇਆ ਸੀ। ਕਿੰਨੇ ਦਿਨ ਬਾਅਦ ਪਤਾ ਲੱਗਿਆ ਸੀ ਵੀ ਕਿੱਥੇ ਖੜੀ ਕਰੀ ਐ। ਮੋਟਰਸਾਈਕਲ ਤਾਂ ਹੁਣ ਤੱਕ ਨਹੀਂ ਲੱਭੀ। ਬਾਜ਼ਾਰ ਗਿਆ ਭੁੱਲਾਇਆ ਸੀ ਟਾਇਰ ਟੋਇਆ। ਖੈਰ ਜਿੰਨੀ ਦੇਰ ਸੰਦੀਪ ਮੇਰੀ ਤਾਰੀਫ ਕਰੀ ਗਿਆ ਉਨੀ ਦੇਰ ਤਾਂ ਠੀਕ ਰਿਹਾ ਪਰ ਥੋੜੀ ਦੇਰ ਬਾਅਦ ਫੇਰ ਉਹੀ ਕੁਝ ਮੈਂ ਇੱਕ ਰੈਡ ਬੁੱਲ ਵੀ ਪੀਤੀ ਪਰ ਗੱਲ ਨਾ ਬਣੀ 17 ਅਪ੍ਰੈਲ ਅੱਧੀ ਰਾਤ ਬੀਤ ਗਈ ਨੀਂਦ ਦਾ ਇੱਕ ਝੌਂਕਾ ਜਿਹਾ ਵੀ ਲੱਗਿਆ ਸੀ ਪਰ ਜਦੋਂ ਜਾਗਾਈ ਤਾਂ ਬੁਰਾ ਹਾਲ ਲੱਤਾਂ ਟੁੱਟਣ ਝਟਕੇ ਭੈਣ ਮਨ ਕਰੇ ਕੋਈ ਰੋੜ ਕੁੱਟਣਾ ਚੜਾ ਦੇਵੇ ਪਿੰਜਣੀਆਂ ਤੇ ਇੰਨੀਆਂ ਚੀਜ਼ਾਂ ਪੈਣ ਅੱਖਾਂ ਚੋਂ ਪਾਣੀ ਚੱਲੇ ਉਹ ਵਾਸੀਆਂ ਆਉਣ ਅਚਵੀ ਵਧ ਰਹੀ ਸੀ ਇਸ ਵਾਰ ਹਿੰਮਤ ਨਹੀਂ ਸੀ ਹਾਰੀ ਬਰਕਤ ਤੱਕ ਆਖਿਰ ਮੈਂ ਹਾਰ ਹੀ ਗਿਆ ਅਮਰਤ ਨੂੰ ਜਗਾਇਆ ਬਹੁਤ ਬੁਰਾ ਹਾਲ ਹੈ ਯਾਰ ਜਾਨ ਨਿਕਲੀ ਜਾਂਦੀ ਹੈ ਕੋਈ ਹੀਲਾ ਕਰ ਹੋ ਕੀ ਰਿਹਾ ਕਬਰਾਟ ਹੁੰਦੀ ਹੈ ਹਲਕ ਦੇਣੇ ਪੁੱਛਦੀ ਉੱਠ ਕੇ ਬੈਠ ਗਈ ਪਤਾ ਨਹੀਂ ਯਾਰ ਮੈਨੂੰ ਖਿੱਚੜੀ ਆਪਣੇ ਆਪ ਤੇ ਉਸ ਪੈਗ ਉੱਤੇ ਜਿਹੜਾ ਪਹਿਲੀ ਵਾਰ ਪਹਿਲਾ ਪੈਗ ਲਾਇਆ ਸੀ ਉਹੀ ਪਹਿਲਾ ਪੈਗ ਜਿਨੇ ਆ ਹਾਲ ਕਰਤੇ ਸਮੈਪ ਪੀਕੇ ਹੋਰ ਪਤਾ ਨਹੀਂ ਕੀ ਕੀ ਪਰ ਇਸ WhatsApp ਕੁਝ ਸੁੱਟਵਾ ਚੁੱਕਿਆ ਸੀ ਕੁਝ ਨਹੀਂ ਸੀ ਰੱਖਿਆ ਅੱਗੇ ਤਾਂ ਜਿੰਨੀ ਵਾਰ ਵੀ ਛੱਡਦਾ ਬੈਕਅਪ ਜ਼ਰੂਰ ਰੱਖਦਾ ਸੋਚਦਾ ਹੁੰਦਾ ਸੀ ਬਈ ਜੇ ਜ਼ਿਆਦਾ ਬੁਰਾ ਹਾਲ ਹੋ ਗਿਆ ਜਾਂ ਦੌਰਾ ਦੂਰਾ ਪੈਣ ਲੱਗਿਆ ਤਾਂ ਮੈਂ ਤਾਂ ਸਾਰੀਆਂ ਰਿਸ਼ਤੇਦਾਰੀਆਂ ਚ ਰੱਖਿਆ ਹੋਇਆ ਸੀ ਥੋੜਾ ਥੋੜਾ ਵਕ ਵਕ ਥਾਵਾਂ ਤੇ ਕਿ ਕੀ ਪਤਾ ਕਦੋਂ ਜਾਣਾ ਪੈ ਜਾਏ ਕਦੋਂ ਰਾਤ ਕੱਟਣੀ ਪੈ ਜਾਏ ਤੇ ਜੇ ਨਾਂ ਲਿ ਜਾ ਸਕਿਆ ਮੌਕੇ ਤੇ ਫਿਰ ਕੀ ਬਣੂ ਖੈਰ ਬਹੁਤ ਔਖੀ ਸੀ ਦੂਜੀ ਰਾਤ ਅਮਰਤ ਮੇਰੀਆਂ ਲਤਾਂ ਕੁਟੇ ਜਾਵੇ ਨਾਲ ਹੀ ਹੌਸਲਾ ਦੇਈ ਜਾਵੇ ਯਾਰ ਮੈਂ ਤੇਰੇ ਨਾਲ ਹੌਸਲਾ ਰੱਖ ਤੈਨੂੰ ਕੁਝ ਨਹੀਂ ਹੋਣ ਦਿੰਦੀ ਮੈਨੂੰ ਪੂਰਾ ਸਾਥ ਤੇ ਬਹੁਤ ਭਰੋਸਾ ਹੈ ਸਭ ਜਿਆਦਿਆਂ ਤੋਂ ਉੱਪਰ ਕੁਝ ਨਹੀਂ ਹਿੰਮਤ ਰੱਖ ਪਲੀਜ਼ ਸਾਨੂੰ ਬੋਲਦੇ ਆ ਸੁਣ ਬੀਬੀ ਵੀ ਆ ਗਈ ਮੈਂ ਦੋਵੇਂ ਲੱਤਾਂ ਚੁੰਨੀ ਨਾਲ ਬੰਨ ਲੀਆਂ ਬੀਬੀ ਕਹਿੰਦੀ ਲਿਆ ਮੈਂ ਭਾਫ ਕੱਢਾਂ ਆਰਾਮ ਮਿਲੂ ਗਰਮ ਸਰਦ ਹੋ ਗਈਆਂ ਹੋਣਗੀਆਂ बार-बार ਬਾਥਰੂਮ ਜਾਈ ਜਾਣਾ ਨੰਗੇ ਪੈਰੀ ਜਦੋਂ ਛੋਟੇ ਹੁੰਦੇ ਦੀਆਂ ਲੱਤਾਂ ਦੁਖਣੀਆਂ ਬੀਬੀ ਨੇ ਤਾਂ ਨਾੜਾਂ ਦਬ ਦੇਣੀ ਆ ਕੁੱਲਿਆਂ ਕੋਲ ਥੋੜੀ ਦੇਰ ਬਾਅਦ ਛੱਡ ਦੇਣੀ ਆ ਇੱਕਦਮ ਭਾਫ ਨਿਕਲ ਜਾਂਦੀ ਦਰਦ ਦਰਦ ਘੜ ਜਾਂਦਾ ਪਰ ਹੁਣ ਬੀਬੀ ਨੂੰ ਕੀ ਦੱਸਦਾ ਬਈ ਹੁਣੇ ਨਾੜਾ ਉਹ ਨਾੜਾ ਨਹੀਂ ਰਹੀਆਂ ਤੇਰੇ ਪੁੱਤ ਦੀਆਂ ਨਾ ਹੁਣ ਤੇਰਾ ਪੁੱਤ ਉਹ ਰਿਹਾ ਜਿਹੜਾ ਬਗਿਹੜ ਤੋਂ ਵੀ ਬਹਾਦਰ ਹੁੰਦਾ ਸੀ ਕੀ ਦੱਸਦਾ ਉਹਨੂੰ ਕਿ ਨਾ ਇਹਨਾਂ ਨਾੜਾਂ ਚੋਂ ਹੁਣ ਭਾਫ ਨਿਕਲਦੀ ਐ ਨਾ ਖੂਨ ਨਿਕਲਦਾ ਇਹ ਤਾਂ ਹੁਣ ਲੋਹੇ ਦੀਆਂ ਤਾਰਾਂ ਬਣੀਆਂ ਪਈਆਂ ਨੇ ਧੰਨਵਾਦ ਚੱਲਦਾ